ਲੋਕਾਂ ਦੇ ਘਰ ਡਿੱਗ ਪਏ, ਕਿਸਾਨਾਂ ਦੇ ਘਰ ਟੁੱਟ ਗਏ, ਪਿੰਡਾਂ ਵਿੱਚ ਪਾਣੀ ਆ ਗਿਆ। ਪਿਛਲੇ ਮਹੀਨਾ ਹੋ ਗਿਆ, ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ। ਤਕਰੀਬਨ 60-65 ਪਿੰਡ ਹੈ ਜਿੱਥੇ ਤਬਾਹੀ ਆ ਗਈ ਹੈ। ਐ ਲੱਗਦਾ ਜਿਵੇਂ ਕੋਈ ਦਰਿਆ ਟੁੱਟਿਆ ਹੁੰਦਾ ਹੈ। ਤੇ ਹੁਣ ਬਿਮਾਰੀ ਦੀ ਸਮੱਸਿਆ ਹੋ ਜਾਣੀ ਹੈ ਕਿਉਂਕਿ ਪਾਣੀ ਖੜ ਗਿਆ, ਨਾ ਇੱਥੇ ਕੋਈ ਡਾਕਟਰ ਦਾ ਇੰਤਜ਼ਾਮ ਹੈ, ਨਾ ਪਾਣੀ ਦਾ ਇੰਤਜ਼ਾਮ ਹੈ। ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਬੇਨਤੀ ਕੀਤੀ ਸੀ ਕਿ ਤੁਸੀਂ ਉੱਥੇ ਡਾਕਟਰ ਭੇਜੋ, ਆਪਣੇ ਪ੍ਰੋਗਰਾਮ ਦਾ ਬੇਨਤੀ ਕੀਤੀ ਸੀ, ਉਹਨਾਂ ਨੇ ਪ੍ਰਵਾਨ ਕੀਤੀ, ਡਾਕਟਰ ਦਾ ਰਿਹਾ। ਮੈਂ ਆਪਣੇ ਵਰਕਰਾਂ ਨੂੰ ਕਿਹਾ, ਸਾਰੀ ਬਾਕੀ ਹਲਕਿਆਂ ਦੇ ਲੋਕਾਂ ਨੂੰ, ਕਿ ਆਪਣੀ ਪਾਣੀ ਦੀ ਟੈਂਕੀਆਂ ਲਿਆ ਕੇ ਪੀਣ ਵਾਲੇ ਪਾਣੀ ਦੀ ਘੱਟ ਘੱਟ ਪਿੰਡਾਂ 'ਚ ਪਹੁੰਚਾਈਏ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕੋਈ ਮੰਤਰੀ, ਕੋਈ ਇਹਨਾਂ ਦਾ SDM, ਕੋਈ DC, ਕੋਈ ਅਫਸਰ ਹੀ ਨਹੀਂ ਆਇਆ। ਲੋਕੀ ਪਿੰਡ ਵਾਲੇ ਆਪ ਪੈਸਾ ਇਕੱਠਾ ਕਰਕੇ ਕੋਸ਼ਿਸ਼ ਕਰ ਰਿਹਾ ਕਿ ਪੰਪ ਦੀ ਮੋਟਰਾਂ ਆਪ ਲਾ ਕੇ ਪਾਣੀ ਕੱਢੀਏ, ਪਰ ਜਿੰਨਾ ਤੱਕ ਸਰਕਾਰੀ ਸਹੂਲਤਾਂ ਨਹੀਂ ਆਉਂਦੀ, ਐਰੀਗੇਸ਼ਨ ਡਿਪਾਰਟਮੈਂਟ ਨਹੀਂ ਆਉਂਦਾ, ਵਿਚਾਰਿਆਂ ਨੂੰ ਕੀ ਪਤਾ ਕਿਹੜੀ ਡਾਇਰੈਕਸ਼ਨ 'ਚ ਪਾਣੀ ਕੱਢਣਾ। ਅਤੇ ਮੈਂ ਕੱਲ੍ਹ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕੀਤੀ ਸੀ, ਮੈਂ ਬੇਨਤੀ ਕੀਤੀ ਸੀ, ਮੈਂ ਕੈਪਟਨ ਸਾਹਿਬ ਨੂੰ ਮੈਂ ਬੇਨਤੀ ਕਰਦਾ, ਕੈਪਟਨ ਸਾਹਿਬ ਪਲੀਜ਼, 60-65 ਪਿੰਡ ਹੈ ਜਿੱਥੇ ਤਬਾਹੀ ਆਈ ਪਈ ਹੈ। ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਅਫਸਰਾਂ ਦੀ ਡਿਊਟੀ ਲਾਓ, ਇੱਥੇ ਟੀਮ ਭੇਜ ਆ ਜੇ ਜਿਹਦੇ ਨਾਲ ਆ ਸਾਰਿਆਂ ਦਾ ਪਾਣੀ ਨਿਕਲ ਜੇ, ਕਿਉਂਕਿ ਐਕਤੀ ਫਸਲ ਨਰਮਾ ਦਾ ਇਹਨਾਂ ਦਾ ਫਸਲ ਮਰ ਗਈ ਹੈ। ਜੇ 15-20 ਦਿਨਾਂ ਦੇ ਅੰਦਰ ਪਾਣੀ ਨਾ ਕੱਢਿਆ, ਅਗਲੀ ਕਣਕ ਦੀ ਫਸਲ ਵੀ ਨਹੀਂ ਹੋਣੀ। ਇੱਕ ਸਾਲ ਆ 65 ਪਿੰਡਾਂ ਦੇ ਲੋਕ ਇੱਕ ਸਾਲ ਵਾਸਤੇ ਬਰਬਾਦ ਹੋ ਜਾਣਗੇ, ਪੂਰੀ ਜ਼ਿੰਦਗੀ ਉਹਨਾਂ ਨੂੰ ਉੱਠਿਆ ਨਹੀਂ ਜਾਣਾ। ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਟੀਮ ਜ਼ਰੂਰ ਭੇਜਣ, ਆਪਣੇ ਇਰੀਗੇਸ਼ਨ ਡਿਪਾਰਟਮੈਂਟ ਦੀ ਟੀਮ ਭੇਜਣ, ਮਹਿਕਮਾ DC ਸਾਹਿਬ ਨੂੰ ਪਿੰਡਾਂ 'ਚ ਭੇਜਣ ਅਤੇ ਪਾਣੀ ਕਢਾਉਣ। ਇਹਦੇ ਨਾਲ ਜਿਹੜੇ ਲੋਕਾਂ ਨੂੰ ਪਾਣੀ ਦੇ ਪੀਣ ਦੀ ਵੀ ਸਮੱਸਿਆ ਆ ਰਹੀ ਹੈ, ਤੁਸੀਂ ਦੇਖਿਆ ਲੋਕਾਂ ਨੂੰ ਇਹ ਵੀ ਸ਼ਿਕਾਇਤ ਕੀਤੀ ਕਿ ਪਾਣੀ ਦਾ ਪੀਣ ਦੇ ਵੀ ਉਹਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ। ਪੀਣ ਦਾ ਪਾਣੀ ਵੀ ਆਉਂਦੇ, ਸੋ ਇਸ ਕਰਕੇ ਅਸੀਂ ਪਾਰਟੀ ਤਰਫੋਂ ਦਾ ਟੈਂਕਰ ਲਾ ਤੇ, ਐਡਮਿਨਿਸਟ੍ਰੇਸ਼ਨ ਵੀ ਜੋ ਟੈਂਕਰ ਭੇਜ ਦੇਣ ਬਹੁਤ ਫਾਇਦਾ, ਮੈਡੀਕਲ ਟੀਮ ਸਰਕਾਰ ਦੀ ਆ ਜੇ, ਅਸੀਂ NGPC ਨੂੰ ਕਹਿ ਤਾ ਸਰਕਾਰ ਦੀ ਆ ਜੇ, ਆਪਾਂ ਰਲ ਮਿਲ ਕੇ ਘੱਟ ਤੋਂ ਘੱਟ ਇਲਾਕੇ ਦੇ ਲੋਕਾਂ ਨੂੰ ਬਚਾਈਏ। 65 ਪਿੰਡ ਜਿਹੜੇ ਹੈਗੇ, ਲੋਕੀ ਬੁਰਾ ਹਾਲ ਹੋਇਆ ਪਿਆ, ਇਹਨੂੰ ਬਚਾਉਣ ਦੀ ਬੜੀ ਲੋੜ ਹੈ।